ਪੰਜਾਬ ਨੂੰ ਖੇਡਾਂ ਦੀ ਇੱਕ ਨਰਸਰੀ ਮੰਨਿਆ ਜਾਂਦਾ ਹੈ ਲੇਕਿਨ ਜੇਕਰ ਕਿਸੇ ਪ੍ਰਦੇਸ਼ ਦੇ ਵਿੱਚ ਜਿਹੜੇ ਖਿਡਾਰੀ ਹੋਣਗੇ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਣਗੇ ਤੇ ਨਰਸਰੀ ਕਿਵੇਂ ਚੱਲੇਗੀ ਇਹ ਇੱਕ ਵੱਡਾ ਸਵਾਲ ਹੈ ਇਸ ਵੇਲੇ ਮੇਰੇ ਸਾਥ ਮੌਜੂਦ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੈਟਬਾਲ ਦੇ ਖਿਡਾਰੀ ਇਹਨਾਂ ਦੇ ਵਿੱਚ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਵੀ ਮੌਜੂਦ ਨੇ ਲੇਕਿਨ ਇਹਨਾਂ ਨੂੰ ਅੱਜ ਤੱਕਰ ਉਹਨਾਂ ਦਾ ਗ੍ਰੈਜੂਏਸ਼ਨ ਸਰਟੀਫਿਕੇਟ ਨਹੀਂ ਮਿਲਿਆ ਜਿਸ ਦਾ ਉਹਨਾਂ ਨੂੰ ਅੱਗੇ ਆਪਣੇ ਕੈਰੀਅਰ ਦੇ ਵਿੱਚ ਲਾਹਾ ਮਿਲ ਸਕਦਾ ਹੈ ਤੇ ਉਹਨਾਂ ਨੂੰ ਕਿਉਂ ਇਹ ਸਰਟੀਫਿਕੇਟ ਨਹੀਂ ਮਿਲਿਆ ਕਿਹੜੀ ਇਹਨਾਂ ਦੇ ਵਿੱਚ ਜੜੀ ਹੈ ਉਹ ਦਿੱਕਤ ਪੇਸ਼ ਆ ਰਹੀ ਹੈ ਉਸ ਦੇ ਲਈ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਇੰਟਰਨੈਸ਼ਨਲ ਪਲੇਅਰ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਿਡਾਰੀ ਦੇ ਨਾਲ ਗੱਲ ਕਰਾਂਗੇ ਤੁਸੀਂ ਕਿਹੜੇ ਕੰਟਰੀ ਦੇ ਵਿੱਚ ਖੇល ਕੇ ਆਏ ਸੀ ਕਿਹੜੀ ਟੂਰਨਾਮੈਂਟ ਦੇ ਵਿੱਚ ਖੇਲੇ ਸੀ ਤੇ ਕਿਉਂ ਤੁਹਾਨੂੰ ਅਜੇ ਤੱਕ ਇਹ ਸਰਟੀਫਿਕੇਟ ਨਹੀਂ ਮਿਲਿਆ सर मेरा नाम शशि सलारिया है मैं फ्रॉम पंजाब से हूँ पंजाब के डिस्ट्रिक्ट नेटबॉल कहते पठानकोट से करती हूँ और मैंने हॉन्ग में खेला है 2015 में मेरी नेशनल सर्टिफिकेट की ग्रेडेशन हो गई है बट जो इंटरनेशनल है उसकी ग्रेडेशन नहीं है उसके बाद जो मैं जितने भी नेशनल खेली हूँ उसके कोई भी मैं अगर फाइल्स लगाती हूँ वो ऐड नहीं हो रही है इसमें बोल रहे हैं कि आपस में कुछ हो रहा है तो सर हमें तो या, तो या तो ये बताया जाए कि ये सर्टिफिकेट वैलिड नहीं है ਤੋ ਫਿਰ ਵੀ ਹਮ ਦੇ ਖੇਲਨਾ ਛੋੜ ਦੇ ਸਰਟੀਫਿਕੇਟ ਵੈਲਿਡ ਹੈ ਹੋਣੇ ਕੇ ਬਾਵਜੂਦ ਵੀ ਸਰ ਉਸਕੀ ਗ੍ਰੇਡੇਸ਼ਨ ਨਹੀਂ ਹੋ ਰਹੀ ਇਹ ਹਮਾਰੇ ਲਈ ਸਭ ਤੋਂ ਬੜੀ ਪ੍ਰੋਬਲਮ ਹੋ ਰਹੀ ਹੈ ਸਰ ਗ੍ਰੇਡੇਸ਼ਨ ਨਹੀਂ ਹੋ ਰਹੀ ਹੈ ਸਾਰੇ ਹੀ ਖਿਡਾਰੀਆਂ ਦੇ ਨਾਲ ਇਹੀ ਸਮੱਸਿਆ ਆ ਰਹੀ ਹੈ ਕੁਝ ਖਿਡਾਰੀ ਜਿਹੜੇ ਆਪਣੇ ਸਰਟੀਫਿਕੇਟ ਵੀ ਲੈ ਕੇ ਆਏ ਨੇ ਤੁਹਾਡਾ ਕੀ ਨਾ ਹੈ ਤੇ ਕਿਸ ਲੈਵਲ ਦੇ ਤੁਸੀਂ ਪਲੇਅਰ ਹੋ ਸਰ ਮੈਂ ਸਿਮਰਨਜੀਤ ਸਿੰਘ ਮੈਂ ਰਾਸ਼ਟਰੀ ਖਿਡਾਰੀ ਹਾਂ ਤੇ ਮੇਰੀ ਗ੍ਰੇਡੇਸ਼ਨ ਨਹੀਂ ਹੋ ਰਹੀ ਮੈਨੂੰ ਪੰਜਾਬ ਕੈਪਟਨ ਅਮਿੰਦਰ ਸਿੰਘ ਨੇ ਬੁਲਾ ਕੇ ਸਨਮਾਨਿਤ ਵੀ ਕਰਿਆ 2018-19 'ਚ ਮੇਰਾ 골ਡ ਮੈਡਲ ਵੀ ਆਇਆਗਾ ਜੀ ਬੁਲਾ ਕੇ ਇਹ ਰਾਜਾ ਕੇ ਸੁੱਧੂ ਦਿਖਾਓ ਪੰਜਾਬ 올림픽 ਐਸੋਸੀਏਸ਼ਨ ਸਪੋਰਟ ਡਿਪਾਰਟਮੈਂਟ ਤੇ ਪੰਜਾਬ ਸਰਕਾਰ ਇਹ ਬਹੁਤ ਵੱਡੇ ਲੈਵਲ ਦੀ ਕਪਲੇਬਾਜੀ ਕਰ ਰਹੇ ਨੇ ਜਿਹੜੀ ਸਾਡੀ ਜੋ ਮੈਂ ਸੰਸਥਾ ਇਹ ਟ ਖੇਡਿਆਗਾ ਉਹ ਨੈਟਵਾਲ ਇੰਡੀਆ ਨੈਟਵਾਲ ਫੈਡਰੇਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ ਹੈ ਨੈਟਵਾਲ ਇੰਡੀਆ ਫੈਡਰੇਸ਼ਨ ਖੇਲ ਭਾਰਤੀ ਸੰਗ ਤੋਂ ਮਾਨਤਾ ਪ੍ਰਾਪਤ ਹੈ ਮੇਰੇ ਸਰਟੀਫਿਕੇਟ ਜੈਨੂਅਲ ਨੇ ਜੋ ਇੱਕ ਐਡੋਕਿਊਮੈਂਟਰੀ ਬਣੀ ਉਹਨਾਂ ਨੂੰ ਗ੍ਰੇਡਿਸ਼ਨ ਦੇ ਰਹੇ ਨੇ ਜੋ ਇੱਕ ਫੇਕ ਸੰਸਥਾ ਹੈ ਉਹ ਵੱਡੇ ਵੱਡੇ ਅਫਸਰਾਂ ਦੀ ਜਵਾਖਾ ਸੀ ਗਰੀਬ ਘਰਾਂ ਦੀ ਜਵਾਖਾ ਥਾਂ ਸਾਨੂੰ ਤਾਂ ਨਹੀਂ ਗ੍ਰੇਡੇਸ਼ਨ ਕਰਕੇ ਦੇ ਰਹੇ ਅਸੀਂ 5 ਸਾਲ ਤੋਂ ਸਾਰ ਸਫਰ ਕਰ ਰਹੇ ਹਾਈ ਕੋਰਟ 'ਚ ਧੱਕੇ ਖਾ ਰਹੇ ਹਾਂ ਜੀ ਸਾਡਾ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਤੁਸੀਂ ਕਿਸ ਲੈਵਲ ਤੇ ਖੇਲੇ ਹੋਤੇ ਤੁਹਾਨੂੰ ਵੀ ਕੀ ਸਮੱਸਿਆ ਹੈ ਅਸੀਂ ਇੰਟਰਨੈਸ਼ਨਲ ਤੇ ਖੇਲੇ ਆਂ ਤੇ ਮੈਂ ਜਾਪਾਨ ਜਗ੍ਹਾ ਸੀ 2019 'ਚ ਉਸ ਤੋਂ ਬਾਅਦ ਮੈਂ ਆਪਣੇ ਗ੍ਰੇਡੇਸ਼ਨ ਕਰਾਉਣ ਵਾਸਤੇ ਮੈਂ ਗਈ ਤੇ ਉਹਨਾਂ ਨੇ ਸਾਫ਼ ਮਨਾਂ ਕਰਤਾ ਕਿ ਤੁਹਾਡੀ ਗ੍ਰੇਡਿਸ਼ ਨਹੀਂ ਹੋਏਗੀ ਕਿਉਂਕਿ ਇਹ ਆਪਸ 'ਚ ਜੋ ਵੀ ਨਾ ਦੀ ਲੜਾਈ ਵਗੈਰਾ ਉਹਦੇ ਕਰਕੇ ਸਾਨੂੰ ਕੋਈ ਗ੍ਰੇਡੇਸ਼ਨ ਨਹੀਂ ਦੇ ਰਹੇ ਹੈਗੇ ਅਸੀਂ ਕਿੰਨੇ ਵਾਰ ਸਾਡੇ ਸਾਰੇ ਖਿਡਾਰੀ ਮਿਸ ਜਾ ਰਹੇ ਆ ਬੇਰਸਨ ਲਈ ਬਟਕ ਨਹੀਂ ਕਰ ਰਹੇ ਉਹ ਤੁਸੀਂ ਕਿਹੜੇ ਲੈਵਲ ਤੇ ਖੇਡਦੇ ਹੋ ਸਰ ਮੈਂ ਨੈਸ਼ਨਲ ਲੈਵਲ ਤੱਕ ਖੇਡਿਆ ਸਾਨੂੰ ਸਿਰਫ ਇੰਨਾ ਕਹਿ ਵੀ ਸਾਨੂੰ ਗ੍ਰੇਡੇਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਜਦੋਂ ਅਸੀਂ ਖੇਡ ਰਹੇ ਹਾਂ ਸਾਨੂੰ ਨਹੀਂ ਪਤਾ ਵੀ ਤੁਹਾਡਾ ਕੀ ਹੈ ਕੀ ਨਹੀਂ ਹੈ ਸਾਨੂੰ ਸਿਰਫ ਇਹ ਹੈ ਸਾਨੂੰ ਸਾਡੀ ਸਾਡਾ ਹੱਕ ਮਿਲੇ ਪ੍ਰੋਪਰ ਸਾਨੂੰ ਗ੍ਰੇਡੇਸ਼ਨ ਦਿੱਤੀ ਜਾਵੇ ਸਾਨੂੰ ਸਾਡੀ ਸਰ ਮੈਂ ਨੈਸ਼ਨਲ ਲੈਵਲ ਦੀ ਪਲੇਅਰ ਆ ਔਰ ਮੈਨੂੰ ਵੀ ਖੇਡੇ 2-3 ਸਾਲ ਹੋ ਗਏ ਆ ਬਟ ਮੇਰੀ ਵੀ ਹੁਣ ਤੱਕ ਕੋਈ ਗ੍ਰੇਡੇਸ਼ਨ ਨਹੀਂ ਹੋਈ ਸਰ ਬਸ ਮੈਂ ਨਹੀਂ ਹੀ ਐ ਵੀ ਸਾਨੂੰ ਰੀਜ਼ਨ ਦੱਸ ਦਿਨ ਵੀ ਸਾਡੀ ਗ੍ਰੇਡੇਸ਼ਨ ਕਿਉਂ ਨਹੀਂ ਹੋ ਰਹੀ ਅਗਰ ਸਰਟੀਫਿਕੇਟ ਵੈਲਿਡ ਹੈ ਤਾਂ ਕਿਉਂ ਨਹੀਂ ਹੋ ਰਹੀ ਗ੍ਰੇਡੇਸ਼ਨ ਸਵਾਲ ਵੱਡਾ ਇਹੀ ਹੈ ਕਿ ਜੇਕਰ ਇਹਨਾਂ ਦਾ ਸਰਟੀਫਿਕੇਟ ਵੈਲਿਡ ਹੈ ਤਾਂ ਗ੍ਰੇਡੇਸ਼ਨ ਕਿਉਂ ਨਹੀਂ ਹੋ ਰਹੀ ਹੋਰ ਵੀ ਖਿਡਾਰੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਸਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਨੂੰ ਜਲਦ ਤੋਂ ਜਲਦ ਗ੍ਰੇਡੇਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਸਰਕਾਰੀ ਨੌਕਰੀਆਂ ਤੇ ਲੱਗ ਸਕੀਏ ਮੈਂ ਜੂਨੀਅਰ ਨੈਸ਼ਨਲ ਖੇਡਾਂ ਹੋਇਆ 3 ਸਾਲ ਹੋ ਗਏ ਸਰ ਮੇਰੀ ਗ੍ਰੇਡੇਸ਼ਨ ਹੀ ਹੋ ਰਹੀ ਮੈਂ 4-5 ਵਾਰੀ ਕਦੇ ਕਿੱਥੇ ਕਦੇ ਕਿੱਥੇ ਕਿਨਾ ਕਿਨਾ ਕੋਲ ਜਾਇਆ ਉਹ ਐਂ ਕਹਿੰਦੇ ਕਿ ਕਦੇ ਕੁਝ ਦੇ ਕਦੇ ਕੁਝ ਉਹ ਗ੍ਰੇਡੇਸ਼ਨ ਹੀ ਕਰਕੇ ਦਿੰਦੇ ਹੈਗੇ ਸਰ ਸਾਡੇ ਡੀਐਸਓ ਨੇ ਉਹ ਕਹਿੰਦੇ ਕਿ ਫਾਈਲ ਵਾਪਸ ਕਰ ਦਿੰਦੇ ਨੇ ਸਾਨੂੰ ਫੀਲਡ ਟੈਸਟ ਦੀ ਡੇਟ ਨਹੀਂ ਦਿੰਦੇ ਹੈਗੇ ਨਾ ਕੋਈ ਵੈਲਿਡ ਰੀਜ਼ਨ ਦੱਸਦੇ ਨੇ ਕਿ ਤੁਹਾਡੀ ਗ੍ਰੇਡੇਸ਼ਨ ਕਿਉਂ ਨਹੀਂ ਹੋ ਰਹੀ ਕਿ ਸਾਨੂੰ ਵੈਲਿਡ ਰੀਜ਼ਨ ਤਾਂ ਦੱਸਣ ਕਿ ਜੇ ਤੁਸੀਂ ਫਾਈਲ ਵਾਪਸ ਕਰ ਰਹੇ ਹੋ ਨਹੀਂ ਕਰ ਰਹੇ ਸਾਨੂੰ ਰੀਜ਼ਨ ਵੀ ਨਹੀਂ ਦੱਸਦੇ ਹੈਗੇ ਸਾਨੂੰ ਐਂ ਹੈਗੇ ਸਾਡੀ ਜਲਦੀ ਦਾ ਗ੍ਰੇਡੇਸ਼ਨ ਕੀਤੀ ਜਾਵੇ ਜੇ ਨਹੀਂ ਕਰ ਰਹੇ ਸਾਨੂੰ ਵੈਲਿਡ ਰੀਜ਼ਨ ਦੱਸਣ ਕਿ ਕਿਉਂ ਨਹੀਂ ਕਰ ਰਹੇ ਜ ਜੋ ਜਿਸੀਂ ਇੰਨਾ ਧੁੱਪਾਂ 'ਚ ਖੇਡ ਮਾਰੇ ਆ ਤਾਂ ਸਾਨੂੰ ਗ੍ਰੇਡੇਸ਼ਨ ਦਿੱਤੀ ਜਾਵੇ ਤਾਂ ਜੋ ਅਸੀਂ ਇਹ ਬੈਨੀਫਿਟ ਲੈ ਸਕੀਏ ਕੀ ਕਾਰਨ ਹੈ ਮੈਂ ਐਡਵੋਕੇਟ ਸੁਨੀਲ ਮੱਲਨਾ ਜੀ ਇਨ੍ਹਾਂ 'ਚੋਂ ਕੁਝ ਬੱਚਿਆਂ ਦਾ ਕੇਸ ਮੈਂ ਫ੍ਰੀ ਆਫ ਕਾਸਟ ਲੜ ਰਹੇ ਆ ਔਰ ਉਹਦੇ ਵਿੱਚ ਅਸੀਂ ਕੰਟੈਂਪਟ ਵੀ ਪਾਈ ਸੀ ਜਿਹਦੇ ਵਿੱਚ ਸਪੋਰਟਸ ਡਿਪਾਰਟਮੈਂਟ ਦੇ ਖਿਲਾਫ ਕੰਟੈਂਪਟ ਜਾਰੀ ਹੋਈ ਹੈ ਔਰ ਆਪਣਾ ਬਾਬਾ ਫਰੀਦ ਯੂਨੀਵਰਸਿਟੀ ਦੇ ਖਿਲਾਫ ਵੀ ਕੰਟੈਂਪਟ ਜਾਰੀ ਹੋਈ ਹੈ ਔਰ ਉਹ 21 ਤਰੀਕ ਪੈਂਡਿੰਗ ਹੈ ਇਦੇ ਵਿੱਚ ਹੋਰ ਮੁੱਦਾ ਤੁਹਾਨੂੰ ਕਲਿੰਚਿੰਗ ਇਸ਼ੂ ਦੱਸਦਾ ਇਹ ਬੱਚੇ ਜਿੰਨੇ ਵੀ ਨੇ ਨਾ ਜੀ ਇਹ ਜਦੋਂ ਆਪਣੀ ਅਪਲਾਈ ਕਰਦੇ ਆ ਫॉर ਸਪੋਰਟਸ ਗ੍ਰੈਜੂਏਸ਼ਨ ਸਰਟੀਫਿਕੇਟ ਮਹਿਕਮਾ ਰੀਸੀਵ ਕਰਕੇ ਨਾ ਰੀਸੀਵਿੰਗ ਵੀ ਨਹੀਂ ਦਿੰਦਾ ਕਿਸਿਆਂ ਨੂੰ ਉੱਤੇ ਮੋਹਰ ਲਾ ਕੇ ਰੀਸੀਵਿੰਗ ਕਰਤੀ ਹੈ ਬਾਕੀ ਨੂੰ ਰੀਸੀਵਿੰਗ ਵੀ ਨਹੀਂ ਦਿੱਤੀ ਕਿ ਕੱਲ ਨੂੰ ਇਹ ਬੱਚੇ ਕਿਤੇ ਕਲੇਮ ਕਰਨ ਤੇ ਅਸੀਂ ਮੁੱਕਰ ਹੀ ਜਾਈਏ ਕਿ ਸਾਡੇ ਕੋਲ ਫਾਈਲ ਹੀ ਨਹੀਂ ਆਈ ਸੋ ਇਹਨਾਂ ਬੱਚਿਆਂ ਨੂੰ ਇੱਕ ਇਹ ਮੈਂ ਗਾਈਡ ਕਰਦਾ ਔਰ ਬਾਕੀ ਵੀ ਜਿਹੜੇ ਬੱਚੇ ਇਸ ਨੂੰ ਦੇਖ ਰਹੇ ਨੇ ਉਹ ਯਾਦ ਰੱਖਣ ਕਿ ਤੁਸੀਂ ਰਜਿਸਟਰਡ ਪੋਸਟ ਆਪਣੀ ਡਾਕ ਭੇਜਣੀ ਹੈ ਔਰ ਉਹਦੀ ਕਾਪੀ ਆਪਣੇ ਕੋਲ ਰੱਖਣੀ ਹੈ ਔਰ ਅੱਗੋਂ ਜੋ ਵੀ ਕਾਰਵਾਈ ਹੁੰਦੀ ਹੈ ਔਰ ਸਪੋਰਟਸ ਗ੍ਰੈਜੂਏਸ਼ਨ ਸਰਟੀਫਿਕੇਟ ਹੁਣ ਉਹ ਸਰ ਚੂਹਾ ਪਹਿਲੇ ਕੇ ਬਿੱਲੀ ਪਹਿਲੇ ਵਾਲੀ ਗੱਲ ਹੈ ਅੰਡਾ ਪਹਿਲੇ ਕੇ ਮੁਰਗੀ ਪਹਿਲੇ ਡਾਇਰੈਕਟਰ ਸਪੋਰਟਸ ਕਹਿੰਦਾ ਜੀ ਇਹ ਪੰਜਾਬ ਸਰਕਾਰ ਨੇ ਇਹਦਾ ਨਿਯਮ ਬਣਾਣਾ ਹੈ ਪੰਜਾਬ ਸਰਕਾਰ ਕਹਿੰਦੀ ਹੈ ਜੀ ਡਾਇਰੈਕਟਰ ਸਪੋਰਟ ਦੇਖਿਆ ਡਾਇਰੈਕਟਰ ਸਪੋਰਟਸ ਕਹਿੰਦਾ ਪੰਜਾਬ 올림픽 ਐਸੋਸੀਏਸ਼ਨ ਨੇ ਦੇਖਣਾ ਹੈ ਪੰਜਾਬ 올림픽 ਕਹਿੰਦੀ ਹੈ ਜੀ ਇਹਨਾਂ ਨੇ ਦੇਖਣਾ ਕੋਈ ਇੰਡੀਅਨ 올림픽 ਤੇ ਪਾਈ ਜਾਂਦਾ ਪਿਆ ਜਦ ਕਿ ਐਕਟ ਰੂਲ ਚ ਕਲੀਅਰ ਲਿਖਿਆ ਕਿ ਜਿਹੜਾ ਬੱਚਾ ਐਸ ਪਰ ਨੈਸ਼ਨਲ ਲਾਅ ਖੇਡਿਆ ਜਿਹੜਾ ਮਿਨਿਸਟਰੀ ਆਫ ਯੂਥ ਐਂਡ ਵੈਲਫੇਅਰ ਨੇ ਬਣਾਇਆ ਉਹਦੇ ਮੁਤਾਬਕ ਉਹ ਬੱਚਾ ਸਪੋਰਟਸ ਗ੍ਰੈਜੂਏਸ਼ਨ ਸਰਟੀਫਿਕੇਟਲੀ ਵੈਲਿਡ ਹੈ ਇੱਕ ਸੰਸਥਾ ਨੇ ਜਿਹੜਾ ਉਹਨੂੰ ਸਰਟੀਫਿਕੇਟ ਦਿੱਤਾ ਉਹ ਆਪਣੀ ਜਗ੍ਹਾ ਵੈਲਿਡ ਹੈ ਪਰ ਜੇ ਕੱਲ ਨੂੰ ਕੋਈ ਸਰਕਾਰੀ ਨੌਕਰੀ ਲੈਣੀ ਹੈ ਜਾਂ ਕੋਈ ਰਿਜ਼ਰਵ ਸੀਟ ਲੈਣੀ ਹੈ ਸਪੋਰਟਸ ਕੋਟੇ 'ਚ ਉਹਦੇ ਵਾਸਤੇ ਡਾਇਰੈਕਟਰ ਸਪੋਰਟਸ ਜ਼ਿੰਮੇਦਾਰ ਹੈ ਉਸ ਸਰਟੀਫਿਕੇਟ ਦੇਣ ਵਾਸਤੇ ਜਿੰਨੂੰ ਆਪਾ ਕੋਈ ਫੈਡਰੇਸ਼ਨਾਂ ਦਾ ਕੋਈ ਝਗੜਾ ਆਪਸ ਦਾ ਸਰ ਸਾਨੂੰ ਨਹੀਂ ਪਤਾ ਕਿਦਾ ਕੀ ਝਕੜਾ ਹੈ ਸਾਨੂੰ ਤੇ ਅਸੀਂ ਤੇ ਬੱਚਿਆਂ ਨੂੰ ਰਿਪਰੈਜ਼ੈਂਟ ਕਰ ਰਹੇ ਆ ਸਾਨੂੰ ਤੇ ਮਤਲਬ ਇਹ ਹੈ ਕਿ ਸਾਡਾ ਬੱਚਾ ਜੈਨੂਨ ਖੇਡਿਆ ਤਾਂ ਉਹਨੂੰ ਸਰਟੀਫਿਕੇਟ ਦਿਓ ਦੋ ਸਿੰਘਾਂ ਦੀ ਲੜਾਈ ਆਪਸ ਵਿੱਚ ਲੜਦੀ ਵੀ ਪਈ ਹੈ ਤੇ ਬੱਚੇ ਸਵਰ ਕਿਉਂ ਕਰ ਰਹੇ ਆ ਸਰ ਮੈਂ ਦਾਅਵੇ ਨਾ ਕਹਣਾ ਜਦੋਂ ਇਹ ਫੋੜਾ ਛੱਲਿਆ ਜਾਣਾ 20000 ਤੋਂ ਵੱਧ ਬੱਚਾ ਪੰਜਾਬ ਚ ਹੈ ਜਿਹੜਾ ਤੜਫਦਾ ਫਿਰਦਾ ਪਿਆ ਕੋਈ ਵਿਚਾਰਾ ਜੁੱਤੀਆਂ ਘੰਡਣ ਵਾਲੇ ਦਾ ਬੱਚਾ ਹੈ ਕੋਈ ਚਾਹ ਬਣਾਉਣ ਵਾਲੇ ਦਾ ਬੱਚਾ ਗਰੀਬ ਘਰਾਂ ਦੇ ਬੱਚੇ ਨੇ ਜਿਹੜੇ ਧੱਕੇ ਖਾ ਰਹੇ ਨੇ ਔਰ ਡਾਕੂਮੈਂਟੀਟੀ ਦੇ ਜਿਹੜੀ ਬਣੀ ਸੀ ਉਹਦੇ ਤੇ ਵਿਜੀਲੈਂਸ ਇਨਕੁਆਇਰੀ ਉਹਨਾਂ ਦੇ ਖਿਲਾਫ ਹੋਈ ਹੈ ਐਫ ਆਈ ਆਰ ਦਰਜ ਕਰਨ ਦੀ ਉਹ ਚਸਾਰਿਸ਼ ਹੈ ਉਹ ਅਜੇ ਤੱਕ ਦਰਜ ਨਹੀਂ ਹੋਈ ਕਿਉਂਕਿ ਅਹੁਦੇਦਾਰ ਬੈਠੇ ਆ ਇਹ 2016 17 ਦੀਆਂ ਗੱਲਾਂ ਦੱਸ ਰਿਹਾ ਔਰ ਨੈਸ਼ਨਲ ਲੈਵਲ ਤੇ ਵੀ ਇਹਨਾਂ ਦੇ ਖਿਲਾਫ ਐਫ ਆਈ ਆਰ ਵਾਸਤੇ ਰეკਮੈਂਡੇਸ਼ਨ ਆਈਆਂ ਡਾਕੂਮੈਂਟੀਟੀ ਤੇ ਉਹਨਾਂ ਨੇ ਉਸ ਵੇਲੇ 22 ਬੱਚਿਆਂ ਨੂੰ ਆਪੇ ਹੀ ਸਰਟੀਫਿਕੇਟ ਦੇ ਦਿੱਤੇ ਆ ਬਿਨਾ ਖੜਾਏ ਦਿੱਤੇ ਆ ਕਿਵੇਂ ਦਿੱਤੇ ਆ ਨੰਬਰ 1 ਕਿਉਂਕਿ ਉਹਦੇ ਤੇ ਰੋਕ ਲੱਗੀ ਸੀ ਮਾਨਯੋਗ ਹਾਈ ਕੋਰਟ ਨੇ ਔਰ ਸੁਪਰੀਮ ਕੋਰਟ ਨੇ ਰੋਕ ਲਾਈ ਸੀ ਕਿ ਇਹ ਨਾ ਖੇਡਿਆ ਜਾ ਇਸ ਸੰਸਥਾ ਵੱਲੋਂ ਨਾ ਖੇਡਿਆ ਜਾਵੇ ਉਹਨਾਂ ਨੇ ਡਾਕੂਮੈਂਟ ਹੀ ਬਣਾ ਕੇ ਸਰਟੀਫਿਕੇਟ ਦੇ ਦਿੱਤੇ ਔਰ ਮੈਂ ਜਿੱਥੋਂ ਤੱਕ ਮੈਨੂੰ ਕੱਚੀ ਸੂਚਨਾ ਮਿਲੀ ਹੈ ਕਿ ਕੁਝ ਬੱਚੇ ਇੰਟਰਨੈਸ਼ਨਲ ਗਏ ਨਹੀਂ ਜਿਨ੍ਹਾਂ ਨੂੰ ਉਹਨਾਂ ਨੇ ਇੰਟਰਨੈਸ਼ਨਲ ਸਰਟੀਫਿਕੇਟ ਦੇ ਕੇ ਜਾਂ ਡੀਐਸਪੀ ਕਿਸੇ ਨੂੰ ਸਬ ਇੰਸਪੈਕਟਰ ਕਿਸੇ ਨੂੰ ਪੁਲਿਸ ਇੰਸਪੈਕਟਰ ਕਿਸੇ ਨੂੰ ਏਐਸਆਈ ਐਸ ਅਹੁਦਿਆਂ ਤੇ ਕਿਸੇ ਨੂੰ ਡਾਕਟਰ ਸਪੋਰਟਸ ਕੋਟੇ 'ਚ ਸੀ ਔਰ ਉਹਦੀ ਫੋਲਾਫਲੀ ਲਈ ਮੈਂ ਆਰਟੀਏ ਪਾ ਚੁੱਕਾ ਜੀ ਉਹਦਾ ਜਵਾਬ ਨਹੀਂ ਦਿੰਦੇ ਪਏ ਹੁਣ ਮਾਨਯੋਗ ਹਾਈ ਕੋਰਟ ਦੀ ਇੰਟਰਫੇਰੈਂਸ ਨਾਲ ਮੈਨੂੰ ਆਰਟੀਏ ਦਾ ਜਵਾਬ ਆਏਗਾ ਔਰ ਫਿਲਹਾਲ ਤੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੂੰ ਅਸੀਂ ਜਿਹੜੇ ਦੋ ਬੱਚੇ ਮੇਰੇ ਕੋਲ ਸੀਗੇ ਉਹਨਾਂ ਵਾਸਤੇ ਐਮਬੀਬੀਐਸ ਦੀ ਐਡਮਿਸ਼ਨ ਚ ਸੀਟਾਂ ਰਾਖਵੀਆਂ ਹੋਈਆਂ ਨੇ ਮਾਨਯੋਗ ਹਾਈ ਕੋਰਟ ਦੀ ਉਹਦੇ ਨਾਲ ਔਰ ਮਾਨਯੋਗ ਹਾਈ ਕੋਰਟ ਨੇ ਵੀ ਕੋ ਗੱਲ ਕੀਤੀ ਕਿ ਤੁਹਾਡੀ ਜੋ ਮਰਜ਼ੀ ਲੜਾਈ ਹੋਵੇ ਬੱਚੇ ਜੇ ਖੇਡਿਆ ਤੇ ਬੱਚਿਆਂ ਨੂੰ ਬੱਚਿਆਂ ਦਾ ਸਰਟੀਫਿਕੇਟ ਮਿਲਣਾ ਚਾਹੀਦਾ ਉਹ ਉਹਨਾਂ ਦਾ ਸੰਵਿਧਾਨਿਕ ਅਧਿਕਾਰ ਵੀ ਹੈ ਇਹ ਸਮੱਸਿਆ ਸਿਰਫ ਨੈਟਬਾਲ ਦੇ ਲਈ ਹੈ ਕਿ ਹੋਰ ਗੇਮਾਂ ਬਹੁਤ ਸਾਰੀਆਂ ਨਹੀਂ ਬਹੁਤ ਸਾਰੀਆਂ ਗੇਮਾਂ ਲਈ ਹੋਰ ਵੀ ਹੈ ਜਿਹੜੀ ਸਾਹਮਣੇ ਆ ਰਹੀ ਹੈ ਵਾਰੀ ਵਾਰੀ ਕੁਝ ਹਾਕੀ ਦੇ ਪਲੇਅਰ ਪਿੱਛੇ ਜੇ ਹੋਏ ਸੀ ਕੁਝ ਹੋਰ ਸੀ ਸੋ ਹਲੇ ਨੈਕਸਸ ਸ਼ੁਰੂ ਹੋਇਆ ਭਾਜੀ ਔਰ ਬਹੁਤ ਜਲਦੀ ਮਤਲਬ ਕਾਫੀ ਡਿਟੇਲ ਸਾਹਮਣੇ ਆ ਜਾਏਗੀ ਔਰ ਨਾਲ ਦੀ ਨਾਲ ਇਹ ਬੱਚਿਆਂ ਦੇ ਦੇਖੋ ਹਰ ਮੰਤਰੀ ਨਾਲ ਫੋਟੋ ਹੈ ਮੰਤਰੀ ਮਿਲਦੇ ਨੇ ਇਹਨਾਂ ਨੂੰ ਸਭ ਕੁਝ ਕਰਦੇ ਨੇ ਪਰ ਉਹ ਕਹਿੰਦੇ ਨਾ ਗੋਂਗਲੋਂਾਂ ਤੋਂ ਮਿੱਟੀ ਝਾੜ ਕੇ ਘਰ ਤੋਰ ਦਿੰਦੇ ਆ ਬੱਚੇ ਅੱਜ ੱਧ ੱੱਕੇ ਖਾ ਰਹੇ ਅੱਜ ਪਤਾ ਨਹੀਂ ਕਿਦਾਂ ਕਰਾਇਆ ਇਕੱਠਾ ਕਰਕੇ ਵੀ ਚੰਡੀਗੜ੍ਹ ਪਹੁੰਚੇ ਨੇ ਪ੍ਰਸਤ ਵਾਸਤੇ ਔਰ ਕੀ ਬਣਦਾ ਦੇਖਦੇ ਆ ਜੀ ਮੰਤਰੀ ਆਪ ਆ ਕੇ ਤੇ ਤੁਸੀਂ ਵੇਖ ਸਕਦੇ ਹੋ ਕਿ ਇਹ ਸਾਰੇ ਜਿਹੜੇ ਖਿਡਾਰੀ ਨੇ ਆਪਣੇ ਸਰਟੀਫਿਕੇਟ ਲੈ ਕੇ ਇੱਥੇ ਪਹੁੰਚੇ ਨੇ ਜਿਹੜੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਦੇ ਇਹਨਾਂ ਨੇ ਜਿਹੜੀ ਹੈ ਚੈਂਪੀਅਨਸ਼ਿਪ ਉਹਨਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਹੈ ਲੇਕਿਨ ਗ੍ਰੈਜੂਏਸ਼ਨ ਸਰਟੀਫਿਕੇਟ ਦੇ ਲਈ ਉਹਨਾਂ ਨੂੰ ਜਿਹੜੀ ਦਰਦ ਦਰਦ ਦੀ ਠੋਕਰਾ ਖਾਣੀ ਪੈ ਰਹੀ ਹੈ ਨੇ ਤੇ ਹੁਣ ਮਾਮਲਾ ਜਿਹੜਾ ਹੈ ਉਹ ਕੋਰਟ ਤੇ ਵਿੱਚ ਵੀ ਚੱਲੇ ਗਿਆ ਤੇ ਆਪਣੇ ਹਕੂਕ ਦੇ ਲਈ ਲੜਾਈ ਲਗਾਤਾਰ ਲੜ ਰਹੇ ਨੇ ਹੁਣ ਵੇਖਣਾ ਹੋਏਗਾ ਕਿ ਕਦੋਂ ਇਹਨਾਂ ਨੂੰ ਨਿਆਂ ਮਿਲੇਗਾ ਕੈਮਰਾਮੈਨ ਰਾਹੁਲ ਦੀਮਾਨ ਦੇ ਨਾਲ ਰਾਜੇਸ਼ ਚੋਹਾਨ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ